ਮਹੀਨਾ ਗੁੱਤਨੀ ਤੇ ਤਾਂ ਪੰਮੀ ਵਾਈ ਨੂੰ ਛੀ ਛੀ ਆਸ ਕੇ ਹੋਏ 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 ਕਿਰਪਾ ਕਰਦੀ ਫਿਰੇਗੀ ਮਾਰੀਆ ਜੀ ਵਾਈਫ ਜੀ ਦੇਖਣ ਕਿਹਦੇ ਨਾਲ ਜਾਣਾ ਜੀ ਵਾਈਫ ਜੀ ਨਾ ਸਕਦੇ ਨੇ ਜੇ ਕਿਤੇ ਹੱਸਣ ਖੇਡਣ ਵਾਸਤੇ ਆਪਦੇ ਤੇ ਤਵਾ ਲਵਾਉਣਾ ਹੋਵੇ ਦਾ ਵੀ ਲਵਾ ਲੈਂਦੇ ਨੇ ਇਹ ਖੁੱਲਦਲੇ ਬੰਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਪੰਜਾਬੀ ਜਿਹੜਾ ਹੈਗਾ ਨਾ ਕਾਮੇਡੀ ਵਾਸਤੇ ਜ਼ਿਆਦਾ ਐਕਸ਼ਨ ਵੀ ਸਾਡੇ ਬਹੁਤ ਵਧੀਆ ਰਹੇ ਨੇ ਹੈ ਨਾ ਪਰ ਸਾਡੇ ਨੈਚੁਰਲ ਐਕਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਲਵ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬੀ ਟੇਸ਼ਨ ਸੋ ਗਾਈਜ਼ ਫਿਲਮ ਆਉਣ ਵਾਲੀ ਹੈ ਜੀ ਵਾਈਫ ਜੀ 24 ਫਰਵਰੀ ਨੂੰ ਅਤੇ ਇਸ ਫਿਲਮ ਦੇ ਡਾਇਰੈਕਟਰ ਅਵਤਾਰ ਸਿੰਘ ਅਤੇ ਫਿਲਮ ਦੇ ਮੇਨ ਲੀਡ ਲੱਕੀ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਦਾ ਵੈਲਕਮ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਟੇਸ਼ਨ ਦੇ ਸਾਰੇ ਦਰਸ਼ਕਾਂ ਨੂੰ ਅਵਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਵਤਾਰ ਸਰ ਪਹਿਲਾਂ ਤਾਂ ਇਹ ਦੱਸੋ ਘਰੇ ਚੱਲ ਰਿਹਾ ਫਿਰ ਜੀ ਵਾਈਫ ਜੀ ਬਿਲਕੁਲ ਚੱਲਦਾ ਉਸ ਤਾਂ ਫਿਲਮ ਲਿਖੀ ਹੈ ਹਾਂ ਇੱਥੋਂ ਹੀ ਫਿਲਮਾਂ ਨਿਕਲਦੀਆਂ ਘਰਾਂ 'ਚ ਹੀ ਫਿਲਮਾਂ ਨਿਕਲਦੀਆਂ ਨੇ ਐਕਸਪੀਰੀਅੰਸ ਹੋ ਕੇ ਹੁਣ ਕਿਤੇ ਤੁਹਾਨੂੰ ਮਿਲਣ ਲੱਗ ਗਿਆ ਤਾਂ ਮੈਂ ਤੁਹਾਡੇ ਘਰੋਂ 4 ਗੱਲਾਂ ਲੈ ਆਊਂਗਾ 2 ਗੱਲਾਂ ਲੱਕੀ ਦੇ ਘਰੋਂ ਲੈ ਆਊਂਗਾ 2 ਗੱਲਾਂ ਰਣਜੀਤ ਭਾਅ ਜੀ ਆਪਣੇ ਪ੍ਰੋਡਿਊਸਰ ਨੇ ਉਹਨਾਂ ਦੇ ਕੋਲੋਂ ਲੈ ਆਊਂਗਾ ਉਹਨਾਂ ਤਾਂ ਖਾਸੀਆਂ ਲਿਆਉਂਦੇ ਨੇ ਕਿਉਂਕਿ ਪ੍ਰੋਡਿਊਸਰ ਉਹਨੇ ਨਾ ਫਿਲਮ ਦੇ ਟ੍ਰੇਲਰ ਨੂੰ ਫਿਲਮ ਦੇ ਗਾਣਿਆਂ ਨੂੰ ਕਾਫੀ ਜ਼ਿਆਦਾ ਆਡੀਅੰਸ ਵੱਲੋਂ ਪਿਆਰ ਦਿੱਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਆਡੀਅੰਸ ਦਾ ਇੰਨਾ ਪਿਆਰ ਦੇਣ ਲਈ ਅਤੇ ਬਾਕੀ ਅਵਤਾਰ ਬਾਈ ਜੀ ਸਾਨੂੰ ਹਾਂ ਸ਼ੁਕਰਗੁਜ਼ਾਰਾਂ ਆਡੀਅੰਸ ਦਾ ਅਸੀਂ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਉਹ ਕੋਸ਼ਿਸ਼ ਨੂੰ ਇੱਕ ਜੇ ਸਾਡੀ ਕੋਸ਼ਿਸ਼ 0 ਹੋ ਜਾਂਦੀ ਹੈ ਜੇ ਆਡੀਅੰਸ ਉਹਨੂੰ ਐਪਰੀਸ਼ੀਏਟ ਨਾ ਕਰੇ ਸਾਡੀ ਕੋਸ਼ਿਸ਼ ਬਹੁਤ ਜ਼ਿਆਦਾ ਮਤਲਬ ਉਹ ਮਲਟੀਪਲਾਈ ਹੋ ਜਾਂਦੀ ਹੈ ਜੇ ਆਡੀਅੰਸ ਉਹਨੂੰ ਐਪਰੀਸ਼ੀਏਟ ਕਰੇ ਸੋ ਆਡੀਅੰਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਠੀਕ ਹੈ ਜੀ ਸਰ ਇਹ ਨਾ ਇੱਕ ਵੱਖਰਾ ਜਿਹਾ ਯੂਨੀਕ ਜਿਹਾ ਕਨਸੈਪਟ ਹੈ ਜਿਹਦੇ ਕਰਕੇ ਆਡੀਅੰਸ ਨੂੰ ਨਾ ਨਹੀਂ ਯੂਨੀਕ ਨਹੀਂ ਹੈਗਾ ਇਹ ਤਾਂ ਆਮ ਕਹਾਣੀ ਹੈ ਹਰ ਬੰਦੇ ਦੀ ਕਹਾਣੀ ਹੈ ਤੁਹਾਡੀ ਵੀ ਹੈ ਵਿਆਹ ਹੋਇਆ ਹੋਇਆ ਨਹੀਂ ਨਹੀਂ ਕੋਈ ਵੀ ਤੁਹਾਡੀ ਹੋਣ ਵਾਲੀ ਕਹਾਣੀ ਹੈ ਇਹਦੀ ਕਹਾਣੀ ਹੈ ਮੇਰੀ ਕਹਾਣੀ ਆ ਉਹ ਆਪਣੇ ਕੈਮਰੇ ਤੇ ਭਾਈ ਸਾਹਿਬ ਨੇ ਉਹਨਾਂ ਦੇ ਦੇਖਣ ਨੂੰ ਮਿਲ ਰਹੀ ਨਾ ਇਹ ਚੀਜ਼ ਮੈਂ ਕਹਿ ਰਿਹਾ ਕਿ ਆਡੀਅੰਸ ਲਈ ਆਡੀਅੰਸ ਨੇ ਪਰਦੇ ਤੇ ਪਹਿਲੀ ਵਾਰ ਇਹ ਚੀਜ਼ ਦੇਖੀ ਹੈ ਦਾ ਵਿਆਹ ਨਹੀਂ ਹਾਂ ਨਾ ਤੁਹਾਨੂੰ ਐਕਸਪੀਰੀਅੰਸ ਮਿਲ ਜਾਊਗਾ ਮੂਵੀ ਦੇ ਬਿਲਕੁਲ ਜ਼ਿੰਦਗੀ 'ਚ ਸੌਖੇ ਹੋ ਜਾਓਗੇ ਵੀ ਅੱਗੇ ਜ਼ਿੰਦਗੀ 'ਚ ਘਰ ਵਾਲੀ ਨਾਲ ਕਿਵੇਂ ਹੱਥ ਹੱਥ ਜੋੜ ਕੇ ਹੈ ਨਾ ਕਿੱਦਾਂ ਟਾਈਮ ਕੱਟੀ ਕਰਨੀ ਹੈ ਉਹ ਸਿੱਖ ਲਓ ਆਡੀਅੰਸ ਨੇ ਇਸ ਟ੍ਰੇਲਰ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਕਿਤੇ ਨਾ ਕਿਤੇ ਨਾ ਇਹ ਰਿਲੇਟ ਵੀ ਕਰ ਰਹੇ ਹੋ ਤੇ ਜਦੋਂ ਤੁਸੀਂ ਇਹ ਫਿਲਮ ਸਕ੍ਰਿਪਟ ਸੁਣੀ ਤੇ ਤੁਹਾਨੂੰ ਥੋੜਾ ਜਿਹਾ ਮਤਲਬ ਥੋੜਾ ਰਿਸਕੀ ਜਿਹਾ ਲੱਗਾ ਜਾਂ ਚੈਲੰਜਿੰਗ ਜਿਹਾ ਨਹੀਂ ਲੱਗਾ ਸਕ੍ਰਿਪਟ ਤਾਂ ਬਣਾਈਏ ਮੈਂ ਇਹਦੀ ਸਟੋਰੀ ਮੈਂ ਲਿਖੀ ਹੈ ਅਰੇ ਕੁਛ ਕੱਪ ਦੇ ਘਰੋਂ ਲੈ ਲਈ ਕੁਛ ਕੁ ਆਪਣੇ ਪ੍ਰੋਡਿਊਸਰ ਦੇ ਘਰੋਂ ਲੈ ਲਈ ਕੁਛ ਕਰਮਜੀਤ ਭਾਜੀ ਤੋਂ ਲੈ ਲਈ ਕੁਛ ਸੰਘੇ ਤੋਂ ਲੈ ਲਈ ਸਾਰਿਆਂ ਦੀ ਬਣਾ ਕੇ ਇੱਕ ਫਿਲਮ ਬਣਾਤੀ ਹੈ ਨਾ ਹੁਣ ਸਾਰੇ ਕਹਿੰਦੇ ਨੇ ਨਹੀਂ ਸਾਡੀ ਸਟੋਰੀ ਨਹੀਂ ਤਾਂ ਡਾਇਰੈਕਟਰ ਦੀ ਸਟੋਰੀ ਹੈ ਸਾਡੀ ਸਟੋਰੀ ਹਾਲਾਂਕਿ ਹੁੰਦੀ ਸਭ ਦੀ ਸਟੋਰੀ ਇਹੀ ਹੈ ਸਭ ਦੀ ਇਹੀ ਹੈ ਕਰ ਇਹੀ ਗੱਲ ਹੈ ਨਾ ਪਰ ਹੁਣ ਡਾਇਰੈਕਟਰ ਦੇ ਨਾਂ ਲੱਗਦਾ ਮੈਂ ਐਕਸੈਪਟ ਕਰਦਾ ਵੀ ਹਾਂ ਚਲੋ ਮੇਰੀ ਸਟੋਰੀ ਹੈ ਠੀਕ ਹੈ ਜੀ ਅਤੇ ਸਰ ਜਦੋਂ ਤੁਸੀਂ ਇਹ ਕਹਾਣੀ ਲਿਖ ਰਹੇ ਸੀਗੇ ਤੁਸੀਂ ਕਿਹਾ ਕਿ ਮੈਂ ਲਿਖੀ ਹੈ ਜਦੋਂ ਇਹ ਕਹਾਣੀ ਲਿਖ ਰਹੇ ਸੀਗੇ ਤਾਂ ਪਹਿਲਾਂ ਹੀ ਸੋਚ ਲਿਆ ਸੀਗਾ ਕਿ ਮੈਂ ਇਹ ਲੱਕੀ ਧਾਲੀਵਾਲ ਨੂੰ ਕਰੈਕਟਰ ਦੇਣਾ ਹੈ ਜਾਂ ਫਿਰ ਹਾਂ ਬਿਲਕੁਲ 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 ਉਹਨਾਂ ਦੇ ਹਿਸਾਬ ਨਾਲ ਹੀ ਲਿਖੀ ਜਾਂਦੀ ਹੈ ਇਹ ਤਾਂ ਮੈਨੂੰ ਬੋਇਜ਼ ਨੇ ਬਹੁਤ ਚਿਰ ਪਹਿਲਾਂ ਕਹਿਤਾ ਸੀ ਵੀ ਲੱਕੀ ਤੇਰਾ ਕਰੈਕਟਰ ਬਹੁਤ ਸੋਹਣਾ ਲਿਖਿਆ ਜਾ ਰਿਹਾ ਜੀ ਠੀਕ ਹੈ ਜੀ ਅਤੇ ਤੁਹਾਡਾ ਜਿਹੜਾ ਕਰੈਕਟਰ ਮੈਂ ਦੇਖਣਾ ਉਹ ਵਾਈਫ ਤੋਂ ਬੜਾ ਜ਼ਿਆਦਾ ਤੁਸੀਂ ਚਾਲੂ ਜੋ ਉਸ ਫਿਲਮ ਦੇ ਵਿੱਚ ਅਤੇ ਤੁਹਾਡਾ ਨਾ ਇੱਕ ਲਾਸਟ ਜਦੋਂ ਟ੍ਰੇਲਰ ਖਤਮ ਹੋਣ ਲੱਗਦਾ ਨਾ ਉਹਦੇ ਇੱਕ ਡਾਇਲੋਗ ਆ ਜਦੋਂ ਤੁਸੀਂ ਕਰਮਜੀਤ ਅਨਮੋਲ ਦੇ ਸਿਰ 'ਤੇ ਚੁੰਨੀ ਦਿੱਤੀ ਉਹ ਡਾਇਲੋਗ ਦੀਆਂ 2 ਲਾਈਨਾਂ ਸੁਣਾ ਦਿਓ ਜਦੋਂ ਫੜ ਕੇ ਤੇਰੀ ਘੁਮਾਈ ਨਾ ਗੁੱਤਨੀ ਤਾਂ ਪੰਮੀ ਬਾਈ ਨੂੰ ਛੀ ਛੀ ਆਸ ਕੇ ਹੋਏ 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 ਕਿਰਪਾ ਕਰਦੀ ਫਿਰੇਗੀ ਤੇ ਸਰ ਤੁਸੀਂ ਕਦੀ ਸਕ੍ਰਿਪਟ ਨੂੰ ਲੈ ਕੇ ਚੂਜ਼ੀ ਹੋਏ ਜੋ ਕਿ ਨਹੀਂ ਮੈਂ ਆਹ ਵਾਲਾ ਕਰੈਕਟਰ ਕਰਨਾ ਹੈ ਆਹ ਵਾਲਾ ਨਹੀਂ ਮੈਨੂੰ ਫਿੱਟ ਨਹੀਂ ਬੈਠਣਾ ਨਹੀਂ ਕਰੈਕਟਰ ਇੱਕ ਮੂਵੀ ਦੇ ਵਿੱਚ ਜਦੋਂ ਸਾਰੇ ਕਰੈਕਟਰ ਹੁੰਦੇ ਨੇ ਤਾਂ ਮਾੜਾ ਕਰੈਕਟਰ ਕੋਈ ਨਹੀਂ ਹੁੰਦਾ ਬਿਲਕੁਲ ਠੀਕ ਹੈ ਉਹਨੂੰ ਕਿੱਦਾਂ ਨਿਭਾਉਣਾ ਕਿੱਦਾਂ ਕਿਰਦਾਰ ਨੂੰ ਪੇਸ਼ ਕਰਨਾ ਕਿੱਦਾਂ ਆਪਣਾ ਬੋਡੀ ਸਟਰਕਚਰ ਆਪਣਾ ਮੈਨਰਿਜ਼ਮ ਪੇਸ਼ ਕਰਨਾ ਹੈ ਨਾ ਉਹ ਸਾਰਾ ਇੱਕ ਐਕਟਰ ਦੇ ਹੱਥ 'ਚ ਹੁੰਦਾ ਠੀਕ ਹੈ ਕੋਈ ਐਂ ਨਹੀਂ ਹੁੰਦਾ ਵੀ ਵਧੀਆ ਕਰੈਕਟਰ ਹੈ ਮਾੜਾ ਕਰੈਕਟਰ ਦੇ ਤਾਂ ਵਧੀਆ ਨਹੀਂ ਦਿੱਤਾ ਹੈਗਾ ਉਹ ਨਹੀਂ ਹੁੰਦਾ ਕਦੇ ਵੀ ਠੀਕ ਹੈ ਜੀ ਸਰ ਤੁਹਾਨੂੰ ਥੋੜ੍ਹਾ ਰਿਸਕੀ ਲੱਗਾ ਜਦੋਂ ਮਤਲਬ ਪਰਦੇ 'ਤੇ ਫਿਲਮ ਆਉਣੀ ਆ ਹਾਲੇ ਤੱਕ ਨਰਵਸਨੈਸ ਹੈਗੀ ਆ ਜਾਂ ਥੋੜ੍ਹਾ ਰਿਸਕ ਲੱਗ ਰਿਹਾ ਕਿ ਆਡੀਅੰਸ ਨੂੰ ਪਸੰਦ ਆਵੇਗੀ ਕਿ ਨਹੀਂ ਆਵੇਗੀ ਘਰ ਦੀ ਗੱਲ ਹੈ ਕਿਉਂ ਨਹੀਂ ਪਸੰਦ ਆਏਗੀ ਹਰ ਇੱਕ ਬੰਦੇ ਦੀ ਕਹਾਣੀ ਹੈ ਬੰਦੇ ਨੂੰ ਇਸ ਕਰਕੇ ਪਸੰਦ ਆਏਗੀ ਕਿ ਉਹਨਾਂ ਨਾਲ ਇਸ ਤਰ੍ਹਾਂ ਹੁੰਦੀ ਹੈ ਘਰ ਵਾਲੀਆਂ ਨੂੰ ਇਸ ਕਰਕੇ ਪਸੰਦ ਆਏ ਕਿਉਂਕਿ ਉਹ ਕਰਦੀਆਂ ਨੇ ਇਹ ਸਿਰਫ ਨੋਕ ਝੋਕ ਹੈ ਠੀਕ ਹੈ ਜੀ ਸਰ ਤੁਹਾਡੇ ਨਾਲ ਵੈਸੇ ਰੀਅਲ ਲਾਈਫ 'ਚ ਇੱਦਾਂ ਦਾ ਕਦੀ ਕੋਈ ਇੰਸੀਡੈਂਸ ਹੋਇਆ ਸੀ ਜੇ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਨਾ ਤਾਂ ਮੈਂ ਫਿਲਮ ਜੋਕਰ ਲਿਖਣ ਜੋਕਰਾਂ ਨਹੀਂ ਰਹਿਣਾ ਸੀਗਾ ਹੈ ਨਾ ਜੇ ਬੰਦੇ 'ਤੇ ਪ੍ਰੈਸ਼ਰ ਹੈ ਫੈਮਿਲੀ ਦਾ ਪ੍ਰੈਸ਼ਰ ਹੈ ਉਹ ਫਿਲਮਾਂ ਨਹੀਂ ਲਿਖ ਸਕਦਾ ਤੁਸੀਂ ਤਾਂ ਇਸ ਫਿਲਮ ਦੇ ਵਿੱਚ ਐਕਸਪੀਰੀਅੰਸ ਲੈ ਰਹੇ ਹੋ ਤੁਹਾਡਾ ਕੀ ਕਹਿਣਾ ਬੜਾ ਵਧੀਆ ਐਕਸਪੀਰੀਅੰਸ ਹੈ ਜੀ ਬੁੱਢਾ ਨਹੀਂ ਵਾਈਫ ਜਿਹੜਾ ਤੁਹਾਡੇ ਨਾਲ ਜ਼ਿੰਦਗੀ ਸਿੱਖ ਲਈ ਬੰਦੇ ਨੇ ਜੀ ਮੈਂ ਸ਼ੂਟ ਦੇ ਆਪਣੇ ਮੂਵੀ ਦੇ ਸੈੱਟ ਦੇ ਮੈਂ ਜ਼ਿੰਦਗੀ ਸਿੱਖ ਲਈ ਵਿਆਹ ਤੋਂ ਬਾਅਦ ਵਾਲੀ ਹਾਂਜੀ ਨਹੀਂ ਤਾਂ ਗੁੱਡ ਐਕਸਪੀਰੀਅੰਸ ਸੀਗਾ ਸਾਰੇ ਵੱਡੇ ਭਾਈ ਨੇ ਹੈ ਨਾ ਸਾਰੇ ਛੋਟੇ ਭਾਈਆਂ ਨੂੰ ਪਿਆਰ ਕਰਦੇ ਆ ਸਾਰੀ ਹੈ ਨਾ ਅਵਤਾਰ ਬਾਈ ਜੀ ਕਰਮਜੀਤ ਬਾਈ ਜੀ ਹੈ ਨਾ ਸੰਘਾ ਬਾਈ ਸਾਰੀ ਇੱਕ ਜਣੀ
ਸ਼ੂਟ ਤੇ ਫੀਲ ਹੀ ਨਹੀਂ ਹੁੰਦਾ ਵੀ ਇਹ ਆਪਾਂ ਸ਼ੂਟ ਕਰਨ ਇੱਕ ਪਰਿਵਾਰਕ ਜਿਹਾ ਮਾਹੌਲ ਬਣਿਆ ਰਹਿੰਦਾ। ਠੀਕ ਹੈ ਜੀ ਸਰ, ਕੋਈ ਸੈੱਟ ਦੀ ਅਜਿਹੀ ਯਾਦ ਜਿਹੜੀ ਤੁਸੀਂ ਆਡੀਅੰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਬਈ, ਜਾਂ ਫਿਰ ਐਸੇ ਕੋਈ ਸੀਨ ਜਿਹੜਾ ਵਾਰ ਵਾਰ ਰੀਟੇਕ ਕਰਨੇ ਪਏ ਹੋਣ ਅਤੇ ਉਹ ਫਿਰ ਤੁਸੀਂ ਸੋਚਦੇ ਹੋ ਕਿ ਨਹੀਂ ਆ ਰਹੇ ਸੀਨ ਹਾਲੇ ਪਰਫੈਕਟ, ਹਾਲੇ ਤੱਕ ਬੈਠਾ ਨਹੀਂ ਹੈ, ਪਰ ਬਾਅਦ 'ਚੋਂ ਫਿਰ ਥੋੜ੍ਹੇ ਟਾਈਮ ਬਾਅਦ ਉਹ ਬੈਠ ਗਿਆ ਸੀ? ਐਕਚੁਅਲੀ ਕੀ ਹੈ ਨਾ, ਸਾਰੇ ਆਰਟਿਸਟ ਐਡੇ ਕੁ ਪਰਫੈਕਟ ਸੀਗੇ, ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਈ ਨਹੀਂ। ਹਾਂ, ਜਿਹੜਾ ਸੀਨ ਮੇਰੇ ਮੂੰਹ ਵੈਸੇ ਨੇੜੇ ਹੈ ਨਾ, ਉਹ ਇੱਕ ਜਿਹੜਾ ਹੈਗਾ ਕਰਮਜੀਤ ਭਾਅ ਜੀ ਅਤੇ ਲੱਕੀ ਇੱਕ ਨਾ ਆਫਿਸ 'ਚ ਬੈਠੇ ਨੇ, ਪਤਨੀਆਂ ਦੀ ਗੱਲ ਹੁੰਦੀ ਨੇ, ਬਹੁਤ ਸਤਾਉਂਦੀਆਂ ਇਹ ਪਤਨੀਆਂ ਹੈ ਨਾ, ਉਹ ਜਿਹੜਾ ਖੌਰੇ ਕੀ ਚਾਹੁੰਦੀਆਂ ਇਹ ਪਤਨੀਆਂ, ਮੈਂ ਨਹੀਂ ਗਾ ਸਕਦਾ, ਇਹਨਾਂ ਨੇ ਗਾ ਕੇ ਉਹ ਕੀਤਾ, ਉਹ ਬਹੁਤ ਖੂਬਸੂਰਤ ਹੈ। ਠੀਕ ਹੈ ਜੀ, ਅਤੇ ਸਰ ਤੁਸੀਂ ਤਾਂ ਹਾਲੇ ਅਨਮੈਰਿਡ ਜੀ, ਜਦੋਂ ਤੁਹਾਨੂੰ ਇਹ ਫਿਲਮ ਸੁਣਨ ਸੁਣੀ, ਜਦੋਂ ਤੁਸੀਂ ਆਪਣੇ ਕਰੈਕਟਰ ਬਾਰੇ ਸੁਣਿਆ, ਉਦੋਂ ਤਾਂ ਡਿਜ਼ਾਇਨ 'ਚ ਸਭ ਤੋਂ ਪਹਿਲਾਂ ਕਿਹੜੀ ਚੀਜ਼ ਹੈ? ਪਹਿਲੀ ਤਾਂ ਇਹ ਵੀ ਮੈਂ ਅਨਮੈਰਿਡ ਨਹੀਂ ਹੈਗਾ। ਅੱਛਾ, ਅਤੇ ਤਾਂ ਹੀ ਆਵਾਜ਼ ਘੱਟ ਨਿਕਲਦੀ ਹੈ ਵਿਆਹ ਬਰਾ। ਨਹੀਂ, ਐਕਸਪੀਰੀਅੰਸ ਤਾਂ ਵਧੀਆ ਜਦੋਂ ਮੂਵੀ ਕਰੇ ਲਈ ਤਾਂ ਸਾਰਾ। ਜ਼ਿਹਨ 'ਚ ਕੀ ਆਇਆ ਸਭ ਤੋਂ ਪਹਿਲਾਂ, ਦਿਮਾਗ 'ਚ ਕੀ ਆਇਆ ਜਦੋਂ ਇਹ ਕਰੈਕਟਰ ਬਾਰੇ? ਉਹ ਕਹਾਉਣਾ ਹੈ ਜਿੰਦਰ ਵੀ, ਤੁਹਾਨੂੰ ਕਹਾਣੀ ਸੁਣ ਕੇ ਤਾਂ ਨਹੀਂ ਲੱਗਿਆ ਹਾਏ ਇਹ ਤਾਂ ਮੇਰੀ ਸਟੋਰੀ ਹੈ? ਜਦੋਂ ਕਰੈਕਟਰ ਸੁਣਿਆ ਤਾਂ ਵੀ ਬਹੁਤ ਸੋਹਣਾ ਫੀਲ ਹੋਇਆ ਵੀ, ਅੱਛਾ ਵੀ ਆਹ ਕਰੈਕਟਰ ਹੁਣ ਕਰਨ ਨੂੰ ਮਿਲੂਗਾ, ਤਾਂ ਕੁਛ ਡਿਫਰੈਂਟ ਜਿਹਾ ਸੀਗਾ, ਅਤੇ ਆਪਦਾ ਮਨ ਵੀ ਕਰਦਾ ਸੀ ਕਿ ਇੱਦਾਂ ਦਾ ਕਰੈਕਟਰ ਕੀਤਾ ਜਾਵੇ ਜੋ ਵੀ ਹੋਰ ਕਰੈਕਟਰਾਂ ਨਾਲੋਂ ਡਿਫਰੈਂਟ ਹੋਵੇ, ਨਾ ਕੁਛ ਵੱਖਰਾ ਜਿਹਾ ਕਰੀਏ ਤਾਂ ਆਪਦੇ ਆਪ ਨੂੰ ਹੋਰ ਵਧੀਆ ਲੱਗਦਾ ਨਿਭਾਉਣ ਦੇ ਵਿੱਚ। ਠੀਕ ਹੈ ਜੀ, ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ, ਸਾਰੇ ਜਣੇ ਸੋਸ਼ਲ ਮੀਡੀਆ 'ਤੇ, ਈਵਨ ਸਰ ਵੀ ਸੋਸ਼ਲ ਮੀਡੀਆ ਕਾਫੀ ਯੂਜ਼ ਕਰਦੇ ਨੇ, ਤੁਹਾਨੂੰ ਮੈਂ ਬਹੁਤ ਘੱਟ ਐਕਟਿਵ ਹੁੰਦੇ ਦੇਖਿਆ। ਨਹੀਂ, ਮੇਰਾ ਸੋਸ਼ਲ ਮੀਡੀਆ ਥੋੜ੍ਹਾ ਜਿਹਾ ਘੱਟ ਹੀ ਹੈ ਜੀ। ਹਾਂ, ਉਹੀ ਮੈਂ ਪੁੱਛਿਆ ਸੀ। ਉਹ ਨਹੀਂ ਹੈਗਾ ਇਹਦਾ, ਬਸ ਇੱਕ ਇਹ ਹੈ ਕਿ ਆਪਾਂ ਕੁਛ ਇਹ ਕਰਨਾ ਹੁੰਦਾ ਉਹਦੇ ਲਈ ਥੋੜ੍ਹਾ ਬਹੁਤ ਰੱਖਣਾ ਜ਼ਰੂਰੀ ਹੈ, ਅਤੇ ਮੈਨੂੰ ਇੱਦਾਂ ਹੈ ਕਿ ਮੈਂ ਬਸ ਵੀ ਐਜ਼ ਐਨ ਐਕਟਰ ਹੀ ਉਹ ਕਰਾਂ, ਗਰੋਹ ਕਰਾਂ, ਹੈ ਨਾ, ਵੀ ਮੇਰਾ ਫੈਨ ਫੋਲੋਇੰਗ ਹੋਵੇ ਤਾਂ ਉੱਦਾਂ ਹੋਵੇ, ਮੈਨੂੰ ਇੱਦਾਂ ਨਾ ਵੀ ਇੰਸਟਾਗ੍ਰਾਮ 'ਤੇ ਕੋਈ ਫਰੀਰ ਪਾ ਦਿੱਤੀ ਤਾਂ ਉਹਨੂੰ ਇੰਨੇ ਲੈਕਸ ਮਿਲ ਗਏ, ਹੈ ਨਾ, ਕੁਛ ਬੋਲ ਕੇ ਪਾ ਤਾ ਉਹਨੂੰ ਇੰਨੇ ਲੈਕਸ ਮਿਲ ਗਏ, ਮੈਂ ਉੱਦਾਂ ਦਾ ਨਹੀਂ ਬਣਨਾ ਚਾਹੁੰਦਾ, ਮੈਂ ਇੱਕ ਐਕਟਰ ਦੇ ਤੌਰ 'ਤੇ ਹੀ ਆਡੀਅੰਸ ਦਾ ਪਿਆਰ ਲੈਣਾ ਚਾਹੁੰਦਾ। ਠੀਕ ਹੈ ਜੀ, ਅਤੇ ਸਰ ਸਭ ਤੋਂ ਜ਼ਿਆਦਾ ਸੈੱਟ 'ਤੇ ਤੁਹਾਨੂੰ ਤੰਗ ਕੌਣ ਕਰਦੇ ਹੈ, ਲੇਟ ਕੌਣ ਆਉਂਦਾ ਸਭ ਤੋਂ ਜ਼ਿਆਦਾ? ਜੋ ਆਪਣੇ ਮੇਰੇ ਸੈੱਟ 'ਤੇ ਕੋਈ ਲੇਟ ਨਹੀਂ ਸੱਚੇ ਪਾਤਸ਼ਾਹ ਦੀ ਮਿਹਰ ਹੈ, ਮੇਰਾ ਸਭ ਨਾਲ ਬਹੁਤ ਪਿਆਰ ਹੈ, ਕੋਈ ਲੇਟ ਨਹੀਂ ਆਉਂਦਾ। ਇਹ ਤਾਂ ਪੁੱਛਿਆ ਸੀਗਾ ਵੀ ਲੇਟ ਨਹੀਂ ਆਉਂਦਾ। ਤੇ ਫਿਲਮ ਦੇ ਵਿੱਚ ਤੁਸੀਂ ਪੁਲਿਸ ਦਾ ਵੀ ਕਿਰਦਾਰ ਕਰ ਰਹੇ ਹੋ, ਐਜ਼ ਅ ਡਾਇਰੈਕਟਰ ਔਖਾ ਹੈ ਕਿ ਐਕਟਰ ਔਖਾ ਬੰਦਾ? ਵੀ ਦੋਨਾਂ 'ਚ ਹੀ ਰੋਹ ਮਾਰਨਾ ਸੀਗਾ, ਡਾਇਰੈਕਟਰ ਦਾ ਉਹਦਾ ਵੀ ਰੋਹ ਮਾਰਨਾ ਸੀਗਾ, ਬਸ ਉਹ ਹੋ ਗਿਆ, ਨੈਚੁਰਲ ਹੈ ਦੋਨੇ, ਨੈਚੁਰਲ ਹੈ। ਥਾਣੇਦਾਰ ਅਤੇ ਡਾਇਰੈਕਟਰ 'ਚ ਬੜਾ ਫਰਕ ਨਹੀਂ ਹੁੰਦਾ ਜੇ ਕੋਈ ਫਰਕ ਹੁੰਦਾ ਲੱਗੇ? ਨਹੀਂ। ਫਿਲਮ ਦੀ ਜਿਹੜੀ ਕਹਾਣੀ ਆ ਨਾ, ਉਹ ਘਰ ਘਰ ਦੀ ਤੁਸੀਂ ਦੱਸ ਵੀ ਰਹੇ ਹੋ, ਅਤੇ ਜਿਹੜੇ ਆਡੀਅੰਸ ਹੈ ਉਹ ਰਿਲੇਟ ਵੀ ਕਰ ਰਹੀ ਹੈ, ਅਤੇ ਆਡੀਅੰਸ ਜਿਹੜੀ ਉਹ ਰਿਲੇਟ ਕਰ ਰਹੀ ਹੈ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਆਡੀਅੰਸ ਆ ਹੁਣ ਟ੍ਰੇਲਰ ਨੂੰ ਤਾਂ ਇੰਨਾ ਪਿਆਰ ਦੇ ਹੀ ਰਹੇ, ਕਿਉਂਕਿ ਅੱਜ ਕੱਲ੍ਹ ਨਾ ਹਰ ਕੋਈ ਕਹਿੰਦਾ ਹੈ ਕਿ ਯੂਨੀਕ ਕਨਸੈਪਟ ਲਿਆਓ, ਵਧੀਆ ਚੀਜ਼ ਲੈ ਕੇ ਆਓ, ਵੀ ਪੰਜਾਬੀ ਇੰਡਸਟਰੀ ਕੁਛ ਕਰ ਨਹੀਂ ਰਹੀ ਵੀ ਦੇਖਦੇ, ਜਿਹੜਾ ਵੀ ਹਰ ਕੋਈ ਹੈ ਨਾ, ਜਿਹੜਾ ਵੀ ਇਹ ਕਹਿੰਦਾ ਕੁਛ ਨਵਾਂ ਲੈ ਕੇ ਉਹਨੂੰ ਕਦੇ ਵੀ ਦੁਬਾਰਾ ਵਾਪਸ ਪੁੱਛਿਓ ਕਿ ਤੂੰ ਪਿਛਲੀ ਵਾਰੀ ਨਵਾਂ ਕੀ ਦੇਖਿਆ, ਸਿਨੇਮੇ 'ਚ ਜਾ ਕੇ ਪੈਸੇ ਖਰਚ ਕੇ ਤੂੰ ਕੀ ਨਾ, ਇਹ ਸਿਰਫ ਜਿਹੜਾ ਹੈਗਾ ਫੇਸਬੁੱਕ ਹੀ ਗਿਆਨ ਦੇਣ ਵਾਲੇ ਬੰਦੇ ਹੁੰਦੇ ਨੇ, ਸੋਰੀ, ਹੈ ਨਾ, ਉਹ ਕਹਿਣਗੇ ਤੁਹਾਨੂੰ ਕੁਛ ਨਵਾਂ ਕਰੋ, ਕੀ ਨਵਾਂ ਦੱਸੋ ਇੱਕ ਚੀਜ਼, ਦੂਸਰੀ ਪਿਛਲਾ ਨਵਾਂ ਤੁਸੀਂ ਕੀ ਦੇਖਿਆ। ਅਸੀਂ ਸਿਰਫ ਉਹੀ ਚੀਜ਼ ਬਣਾਉਂਦੇ ਹਾਂ ਜਿਹੜੀ ਚੀਜ਼ ਨੂੰ ਆਡੀਅੰਸ ਐਪਰੀਸ਼ੀਏਟ ਕਰਦੀ ਹੈ, ਜਿਸ ਤਰ੍ਹਾਂ ਦੀ ਕੈਟੇਗਰੀ ਨੂੰ ਪਹਿਲਾਂ ਆਡੀਅੰਸ ਨੇ ਉਹੀ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਚੀਜ਼ਾਂ ਨਵਾਂ, ਮੈਂ ਮਿੱਟੀ ਨਾਲ ਫਰੋਲ ਜੋਗੀਆਂ ਬਣਾਈ ਸੀਗੀ, ਪੂਰਾ ਇਮੋਸ਼ਨਲ ਪ੍ਰੋਜੈਕਟ ਸੀਗਾ, ਹੈ ਨਾ, ਉਹਨੂੰ ਉਹ ਜਿਹੜੇ ਨਵਾਂ ਕਹਿੰਦੇ ਉਹਨੂੰ ਦੇਖਣ ਗਏ ਇੱਕ ਵਾਰੀ ਵੀ ਨਹੀਂ ਦੇਖਣ ਗਏ, ਅਸੀਂ ਜੋ ਆਡੀਅੰਸ ਨੂੰ ਪਸੰਦ ਹੈ ਉਹੀ ਬਣਾ ਕੇ ਦਿਓ, ਉਹੀ ਭਰੋਸੋਗੇ ਨਾ ਤੁਸੀਂ? ਬਿਲਕੁਲ ਨਹੀਂ, ਇੱਦਾਂ ਜਾਂਦੇ ਨੇਗੇ ਜਿਵੇਂ ਹੁਣ ਇੱਕ ਬਈ ਸਿੰਗਰ ਨੂੰ ਕਿਸੇ ਨੇ ਕਿਹਾ ਨਾ ਵੀ ਤੂੰ ਯਾਰ ਵਧੀਆ ਗਾਣੇ ਗਾਇਆ ਕਰੋ, ਹੈ ਨਾ, ਇੱਦਾਂ ਵੀ ਤੁਸੀਂ ਇੱਦਾਂ ਦੇ ਕਿਉਂ ਵੀ ਜਿਹੜਾ ਯੂਥ ਨੂੰ ਕਰ ਰਿਹਾ ਇੱਦਾਂ ਦਾ ਕਿਉਂ, ਫਿਰ ਉਹ ਸਿੰਗਰ ਦੀ ਵਰਡਿੰਗ ਸੀ ਕਹਿੰਦਾ ਵੀ ਮੇਰੀ ਕੈਸਟ, ਕਹਿੰਦਾ ਵੀ ਇੱਕ ਧਾਰਮਿਕ ਹੈਗੀ ਹੈ ਅਤੇ ਇੱਕ ਪਰਿਵਾਰਕ ਹੈਗੀ, ਤੁਹਾਨੂੰ ਉਹਦਾ ਨਾਮ ਪਤਾ? ਉਹ ਕਹਿੰਦਾ ਨਹੀਂ ਮੈਨੂੰ ਉਹ ਨਾਮ, ਫਿਰ ਉੱਥੇ ਜਿਹੜੀ ਚੀਜ਼ ਬੰਦਾ ਦੇਖਣਾ ਚਾਹੁੰਦਾ ਬੰਦਾ ਉਹੀ ਕਰ ਦਿੰਦਾ। ਠੀਕ ਹੈ ਜੀ, ਸਰ ਰੁਪਿੰਦਰ ਗਾਂਧੀ 3 ਦਾ ਵੀ ਪੋਸਟਰ ਸ਼ੇਅਰ ਕੀਤਾ ਸੀਗਾ, ਬਟ ਉਹ ਹੁਣ ਕਦੋਂ ਦੇਖਣ ਨੂੰ ਮਿਲ ਸਕਦੀ ਹੈ? ਉਹਦੇ 'ਚ ਅਜੇ ਟਾਈਮ ਹੈ ਜੀ, ਉਹ ਹਜੇ ਨਾ ਥੋੜ੍ਹੀ ਜਿਹੀ ਚੀਜ਼ਾਂ ਜਿਵੇਂ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ, ਅੱਗੇ ਪਿਛਲੇ ਪ੍ਰੋਜੈਕਟ ਕਲੀਅਰ ਹੋ ਜਾਣਗੇ, ਉਸ ਤੋਂ ਬਾਅਦ ਹੋਏਗਾ। ਤੁਹਾਡਾ ਵੀ ਮੰਨਣਾ ਹੈ ਕਿ ਜਿਵੇਂ ਕਹਿੰਦੇ ਕਿ ਜੇ ਰੋਮਾਂਟਿਕ ਫਿਲਮ ਦੇਖਣੀ ਹੈ ਤਾਂ ਆਪਾਂ ਬਾਲੀਵੁੱਡ ਫਿਲਮਾਂ ਦੇਖ ਸਕਦੇ ਹਾਂ, ਜੇ ਐਕਸ਼ਨ ਦੇਖਣੀ ਆ ਤਾਂ ਆਪਾਂ ਸਾਊਥ ਦੀਆਂ ਫਿਲਮਾਂ, ਪਰ ਜੇ ਆਪਾਂ ਕਾਮੇਡੀ ਦੇਖਣੀ ਆ
छोटी गल नहीं कमेंट करके हसना कोई मतलब खाला जी का बड़ा नहीं साडे लोग बड़े दिल वाले लोग ने हना हस सकते हैं इस करके जे किते डांग दी लोड़ पजे डांग भी चक सकते हैं जे कि हसन खेडन वास्ते आपदे ते तवा लवाना होवे दा भी लवा लैंदे ने ये खुल दिले बंदे ने इन्हां नूं कोई फर्क नहीं पैंदा इस करके पंजाबी जिहड़ा हैगा ना कॉमेडी वास्ते ज़्यादा एक्शन भी साढ़े बहुत वधिया रहे ने है ना पर साढ़े नैचुरल एक्शन ज़्यादा पसंद किया जाता नकली एक्शन पंजाब च नहीं पसंद किया जाता उस तो बाद इस तरह बहुत सारी फिल्म आई जिन्होंने ना जिहड़ा हैगा लार्जर दैन लाइफ करके होर एक मतलब जिहड़ा हैगा साउथ आपदा कल्चर है ना उस तरह का एक्शन लियाने की कोशिश की लोगों ने नहीं पसंद किया ਸੋ ਸਰ ਜੀ ਵਾਈਫ ਜੀ 24 ਫਰਵਰੀ ਨੂੰ ਆ ਰਹੀ ਹੈ ਤੇ ਇਸ ਤੋਂ ਬਾਅਦ ਕਿਹੜੀ ਕਿਹੜੀ ਹੋਰ ਤੁਹਾਡੀ ਫਿਲਮ ਦੇਖਣ ਨੂੰ ਮਿਲ ਸਕਦੀ ਹੈ ਆਪਾਂ ਫੇਰ ਇਦਾਂ ਹੀ ਬੈਠਾਂਗੇ ਉਦੋਂ ਫਿਰ ਉਦੋਂ ਉਹਦੀ ਗੱਲ ਕਰਾਂਗਾ ਅੱਜ ਆਪਾਂ ਜੀ ਵਾਈਫ ਜੀ ਦੀ ਗੱਲ ਕਰਾਂ ਠੀਕ ਹੈ ਜੀ ਠੀਕ ਹੈ ਤੇ ਸਰ ਸਭ ਤੋਂ ਔਖਾ ਕਰੈਕਟਰ ਜਿਹੜਾ ਤੁਸੀਂ ਕੋਈ ਜਿੰਨੀ ਵੀ ਤੁਸੀਂ ਸਟੋਰੀ ਲਿਖ ਰਹੇ ਸੀਗੇ ਸਭ ਤੋਂ ਔਖਾ ਕਰੈਕਟਰ ਕਿਹੜਾ ਲੱਗ ਰਿਹਾ ਸੀਗਾ ਕਿ ਇਹਦਾ ਮੈਨੂੰ ਜ਼ਿਹਨ 'ਚ ਨਹੀਂ ਆ ਰਿਹਾ ਕਿ ਮੈਂ ਕਿਹਨੂੰ ਕਾਸਟ ਕਰਾਂ ਜਾਂ ਕਿਹੜਾ ਕਰੈਕਟਰ ਮੈਂ ਕਿਹਦੇ ਲਈ ਲਿਖਾਂਗੀ ਮਤਲਬ ਕਿੱਦਾਂ ਦਾ ਹੀ ਐਕਚੁਅਲੀ ਕੀ ਹੈ ਨਾ ਮੇਰਾ ਇੱਕ ਇਹ ਹੈ ਮੈਂ ਨਾ ਜਦੋਂ ਸਟੋਰੀ ਲਿਖ ਰਿਹਾ ਹੁੰਦਾ ਨਾ ਮੇਰੇ ਮੋਸਟਲੀ ਕਰੈਕਟਰ ਉਦੋਂ ਹੀ ਕਲੀਅਰ ਹੁੰਦੇ ਨੇ ਹੈ ਨਾ ਇਸ ਤਰ੍ਹਾਂ ਦਾ ਮੇਰੇ ਜ਼ਿਹਨ 'ਚ ਕੁਛ ਵੀ ਨਹੀਂ ਆ ਰਿਹਾ ਵੀ ਕਿਹਦੇ 'ਤੇ ਮੈਨੂੰ ਇੰਨੀ ਸਟਰਗਲ ਕਰਨੀ ਪਈ ਹੋਵੇ ਹੈ ਨਾ ਮੈਨੂੰ ਲੱਗਦਾ ਵੀ ਸਾਰੇ ਮੇਰੇ ਧਿਆਨ ਸੀਗੇ ਆਹ ਕਰੈਕਟਰ ਫਲਾਣਾ ਕਰੇਗਾ ਕਰੈਕਟਰ ਫਲਾਣਾ ਕਰੇਗਾ ਕਰੈਕਟਰ ਫਲਾਣਾ ਕਰੇਗਾ ਇੱਦਾਂ ਔਕੇ ਸੌਕੇ ਵਾਲੀ ਕੋਈ ਗੱਲ ਹੈ ਨਹੀਂ ਸੀਗੀ ਤੁਸੀਂ ਅਵਤਾਰ ਸਰ ਨਾਲ ਪਹਿਲਾਂ ਵੀ ਕੰਮ ਕੀਤਾ ਆ ਅਤੇ ਇਸ ਫਿਲਮ ਦੇ ਵਿੱਚ ਜਦੋਂ ਤੁਹਾਨੂੰ ਉਹਨਾਂ ਨੇ ਸਕ੍ਰਿਪਟ ਸੁਣਾਈ ਤਾਂ ਸਰ ਦੇ ਕਰਕੇ ਹੀ ਹਾਂ ਕਰਤੀ ਕਿ ਪਹਿਲਾਂ ਸਕ੍ਰਿਪਟ ਪੜ੍ਹੀ ਜਾਂ ਸੋਚਿਆ ਕਿ ਉਸੇ ਵੇਲੇ ਨਹੀਂ ਜਦੋਂ ਅਵਤਾਰ ਬਾਈ ਜੀ ਨੇ ਹਾਂਜੀ ਹਾਂਜੀ ਤੁਹਾਡੇ ਸਕ੍ਰਿਪਟ ਦਾ ਕੋਈ ਚੱਕਰ ਹੀ ਨਹੀਂ ਹੁੰਦਾ ਠੀਕ ਹੈ ਇਹਦਾ ਹੁਕਮ ਕਰ ਦਿੰਦੇ ਨੇ ਵੀ ਐਂ ਕਰਕੇ ਵੀ ਵੀ ਲੱਕੀ ਆਹ ਜੀ ਆ ਜਾਣੀ ਸੋ ਸਰ ਬੈਸਟ ਆਫ ਲੱਕ ਦਿੰਦੇ ਹਾਂ ਤੁਹਾਨੂੰ ਜੀ ਵਾਈ ਜੀ ਤਾਂ ਕਿ ਆਡੀਅੰਸ ਜਿੱਦਾਂ ਟ੍ਰੇਲਰ ਨੂੰ ਗਾਣਿਆਂ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਆ ਤੁਸੀਂ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਜੀ ਵਾਈ ਜੀ ਵਾਸਤੇ ਆਡੀਅੰਸ ਨੂੰ ਕਹਿਣਾ ਚਾਹਾਂਗੇ ਵੀ 24 ਤਰੀਕ ਨੂੰ ਫਿਲਮ ਆ ਰਹੀ ਹੈ ਜੀ ਵਾਈਫ ਜੀ ਦੇਖਣ ਕਿਹਦੇ ਨਾਲ ਆ ਜਾਣਾ ਜੀ ਵਾਈਫ ਜੀ ਨਾਲ ਹਾਂ ਉਮੀਦ ਕਰਦੇ ਹਾਂ थैंक यू जी थैंक यू पंजाबी स्टेशन के दर्शकों अवतार सिंह वालों सत श्री अकाल थैंक यू।